ਡਰਾਈਵਰੀ ਕਰਦਾ ਜੀ ਸਰ ਉਹ ਤਿੰਨ ਮਹੀਨੇ ਹੋਈ ਸੀ ਉਹ ਗੱਲ ਉੱਥੇ ਕੋਈ ਗਲਤ ਪਰਚੇ ਸੀਗੇ ਝੂਠੇ ਤਿੰਨ ਮਹੀਨਿਆਂ ਤੋਂ ਘਰੋਂ ਨਿਕਲਿਆ ਉਹ ਜ਼ਿਆਦਾ ਨਹੀਂ ਉਹਦਾ ਰਿਕਾਰਡ ਮਾਰਨ ਨੂੰ ਇਹਨੂੰ ਮਾਰ ਨਵਾਂ ਸ਼ਹਿਰ ਦੇ ਸੀਗੇ ਲਾਡੀ ਨੂੰ ਨਹੀਂ ਸੀਗੇ ਸਾਨੂੰ ਪਤਾ ਯਾਰ ਫੋਟੋ ਤੇ ਲੱਗਿਆ ਜੀ ਕੱਲ ਸ਼ਾਮੀ ਕੀ ਨਾਮ ਸੀਗਾ ਜੀ ਮਨੀ ਸੋਤਾ ਸਰ ਤੁਹਾਡਾ ਕੀ ਨਾਮ ਹੈ ਜੀ ਕੀ ਲੱਗਦਾ ਰੇਸ਼ ਕੁਮਾਰ ਮੇਰਾ ਬੇਟਾ ਸੀਗਾ ਜੀ ਮਨੀ ਸੋਤਾ ਕਿੱਥੇ ਦਾ ਰਹਿਣ ਵਾਲਾ ਰਾਹੋਂ ਦਾ ਜੀ ਤੇ ਕਰਦਾ ਕੀ ਕੰਮ ਕਿਸੇ ਜੀ ਕੰਮ ਡਰਾਈਵਰੀ ਕਰਦਾ ਜੀ ਸਰ ਉਹ ਤਿੰਨ ਮਹੀਨੇ ਹੋਈ ਸੀ ਉਹ ਗੱਲ ਉੱਥੇ ਕੋਈ ਗਲਤ ਪਰਚੇ ਸੀਗੇ ਝੂਠੇ ਰਾਹੋਂ ਸ਼ਹਿਰ ਦੇ ਵਿੱਚ ਇੱਕ ਆਹ ਮੁੰਡੇ ਨੇ ਮੇਰਾ ਦਾਤ ਮਾਰਤਾ ਸੀ ਗੁੰਡਿਆਂ ਨੇ ਮੇਰਾ ਭਰਾ ਸੀਗਾ ਜੀ 307 ਦਾ ਪਰਚਾ ਜੀ 26 ਦਾ ਪਰਚਾ ਇੱਕ 18 ਦੇ ਮੁੰਡਿਆਂ ਦੇ ਹੱਥ ਵੱਡੇ ਉਹਨਾਂ ਨੇ ਜਦ ਵੀ ਮੇਰੇ ਮੁੰਡਿਆਂ ਦਿਖਾ ਰਹੇ ਧਮਕੀ ਦਿੰਦੇ ਸੀ ਅਸਲੇ ਦੀ ਸਾਨੂੰ ਮੇਰੇ ਕੋਲ ਇੱਕ ਦਰਖਾਸਤ ਦਿੱਤੀ 6 ਮਹੀਨੇ ਪਹਿਲਾਂ ਮੈਂ 6 ਮਹੀਨੇ SSP ਸਾਹਿਬ ਨੂੰ ਮੈਂ ਨਵਾਂ ਸ਼ਹਿਰ ਦਰਖਾਸਤ ਰਿਕੁਐਸਟ ਕੀਤੀ ਮੇਰੇ MC ਗਏ ਮਲਿਆਲੇ 10 ਬੰਦੇ ਗਏ ਮੈਂ ਕਿਹਾ ਮਿਹਨਤ ਕਰ ਲੈਂਦਾ ਮੈਂ ਕੋਈ ਨਹੀਂ ਇਹ ਕੰਮ ਨਾ ਕਰੋ ਉਹ 307 ਦਾ ਪਰਚੇ ਦਾ ਜੀ ਫੈਸਲਾ ਮੰਗਦੇ ਸੀ ਡਾਇਰੈਕਟ ਅਸਲੇ ਨਾਲ ਫਿਰ ਮੇਰਾ ਪੁੱਤ ਬਾਗੀ ਹੋ ਗਿਆ ਜੀ ਉੱਥੇ ਪਰਚਿਆਂ 'ਚੋਂ PO ਸੀ ਜੀ ਇਹ ਮੈਂ ਉਹਨੂੰ ਬਦਲ ਕਰਤਾ ਸੀ 307 ਦਾ ਮਾਮਲਾ ਦਰਜ ਕਰਾਇਆ ਹੋਇਆ ਸੀ ਹੋਇਆ ਜੀ 24 ਤਰੀਕ ਆ ਮੁੰਡਿਆਂ ਦੀ ਜੀ ਉੱਥੇ ਕਹਿੰਦੇ ਸੀ ਉੱਥੇ ਪਹੁੰਚੇ ਤਾਂ ਨਾ ਕਰਾਂਗੇ ਹਾਂਜੀ 3 ਮਹੀਨਿਆਂ ਤੋਂ ਘਰੋਂ ਨਿਕਲਿਆ ਉਹ ਜ਼ਿਆਦਾ ਨਹੀਂ ਉਹਦਾ ਰਿਕਾਰਡ ਕੀਤਾ ਗਿਆ ਮਾਰਨ ਧਮਕੀਆਂ ਦਿੰਦੇ ਸੀ ਮਾਰਨ ਨੂੰ ਇਹਨੂੰ ਮਾਰਨ ਨਵਾਂ ਸ਼ਹਿਰ ਦੇ ਸੀਗੇ ਲਾਡੀ ਨੂੰ ਨਹੀਂ ਸੀਗੇ ਇਹ ਤਾਂ ਜਿਹੜਾ ਐਨਕਾਊਂਟਰ ਪੁਲਿਸ ਨੇ ਕੀਤਾ ਪੁਲਿਸ ਨੇ ਐਨਕਾਊਂਟਰ ਨੂੰ ਕਿੱਦਾਂ ਦੇਖਦੇ ਮੈਂ ਸਹੀ ਦੇਖ ਲਾਂ ਜੀ ਜਿਹੜਾ ਬੰਦਾ ਗਲਤ ਉਹਨੂੰ ਪੁਲਿਸ ਨੇ ਵਧੀਆ ਡਿਊਟੀ ਕੀਤੀ ਸਰ ਪਰ ਸਾਹਿਬ ਜਿਹੜਾ 6 ਮਹੀਨੇ ਅਸੀਂ ਤਰਫੇ ਦੇ ਪਹਿਲਾਂ ਸਾਹਿਬ ਕੋਲ ਪੁਲਿਸ ਪ੍ਰਸ਼ਾਸਨ ਕੋਲ ਮੈਂ ਰਿਕੁਐਸਟਾਂ ਕਰਦਾ ਸੀ ਵੀ ਸਾਹਿਬ ਜੀ ਮਹੱਲੇ 'ਚ ਲੜਾਈਆਂ ਵੱਧ ਗਈਆਂ ਜੀ ਲੜਾਈ ਬੰਦ ਕਰੋ ਸ਼ਰਿਆਮ ਸਾਡੇ 'ਚ ਦਾਤ ਮਾਰਦੇ ਆ ਕਿਸੇ ਦਾ ਹੱਥ ਵੱਢ ਦਿੰਦੇ ਆ ਕੌਣ ਕੌਣ ਇਹੋ ਜੀ ਇੱਕ ਜਿੰਦਰ ਆ ਜੀ ਲਾਡੀ ਆ ਸਰ ਇਹ ਕੰਨਾ ਆ ਇੱਕ ਸੱਬੂ ਆ ਇੱਕ ਸੱਬੂ ਦਾ ਮੁੰਡਾ ਡੱਕੀ ਆ ਗੈਂਗ ਆ ਸਰ ਰੋਹਨ ਤੁਸੀਂ ਇਹਦੀ ਇਨਕੁਆਇਰੀ ਕੀਤੀ ਜਾ ਸਰ ਤੁਹਾਡਾ ਨਾਮ ਕੀ ਹੈ ਨਰੇਸ਼ ਕੁਮਾਰ ਸਰ ਕਿੱਥੇ ਰਹਿਣ ਪੂਰਾ ਐਡਰੈਸ ਦੱਸੋਗੇ ਆਪਣਾ ਹਾਂਜੀ ਰੋਹਨ ਜੀ ਸਾਹਿਬ ਕਿਹੜੀ ਜਗ੍ਹਾ ਬੇਟੇ ਦਾ ਨਾਮ ਕੀ ਸੀ ਮਨੀ ਸੋਤਾ ਸਰ ਤੇ ਤੁਸੀਂ ਕੀ ਸਮਝਦੇ ਹੋ ਵੀ ਕੀ ਕਾਰਨ ਰਿਹਾ ਇਹਨਾਂ ਦੇ ਇਹ ਕਾਰਨ ਮੈਂ ਦੱਸ ਰਿਹਾ ਸਰ ਜੀ ਲੜਾਈ ਝਗੜੇ ਜੀ ਪੁਰਾਣੇ ਸਰ ਦੇ ਨਾਲ ਕੌਣ ਸ਼ਹਿ ਕੌਣ ਦਿੰਦਾ ਇਹਨਾਂ ਨੂੰ ਸ਼ਹਿ ਆ ਜੀ ਆ ਸੱਬੋ ਆ ਜੀ ਸਾਡੇ ਸ਼ਹਿਰ ਦਾ ਉਹਦੇ ਬਾਰੇ ਪੂਰੇ ਸ਼ਹਿਰ 'ਚ ਪੁੱਛਿਆ ਜਾਵੇ ਸੱਬੋ ਹੈ ਕੀ ਚੀਜ਼ ਇੱਕ ਸਾਬਕਾ MLA ਜੀ ਅੰਗਦ ਸਿੰਘ ਆ ਜੀ ਅੰਗਦ ਸਿੰਘ ਦੀ ਸਪੋਰਟ ਦੇ ਨਾਲ ਇਹਨਾਂ ਨੇ ਮੇਰੇ ਤੇ ਵੀ 2-3 ਮਰਾਸਲਾ ਦਿਖਾਇਆ ਮੈਨੂੰ ਉਹਨਾਂ ਨੇ ਤੁਸੀਂ ਕੌਣ ਹੋ ਜੀ ਮੈਂ ਬੀਜੇ ਸੋਤ ਦਾ ਭਰਾ ਆ ਜੀ ਤਾਂ ਮੈਨੂੰ ਉਹਨਾਂ ਨੇ ਅਸਲਾ ਦਿਖਾਇਆ ਇਹਨੂੰ ਵੀ ਅਸਲਾ ਦਿਖਾ ਦੇ ਕੰਮ ਕਰਦਾ ਸੀ ਹੁਸ਼ਿਆਰਪੁਰ ਇਹਨੂੰ ਉਹਨਾਂ ਨੇ ਕਿਡਨੈਪ ਕਰਨ ਦੀ ਕੋਸ਼ਿਸ਼ ਕੀਤੀ ਇਹਨੂੰ ਅਸਲਾ ਦਿਖਾਇਆ ਲਾਡੀ ਉਹਨਾਂ ਨੇ ਕਹਿੰਦੇ ਅਸੀਂ ਤੈਨੂੰ ਮਾਰ ਦੇਣਾ ਉਹਨਾਂ ਨੇ ਸਾਡੇ ਨਾਲ ਫੈਸਲਾ ਕਰ ਲੈ ਉਹਨਾਂ ਨੇ ਮੇਰੇ 'ਤੇ ਹਮਲਾ ਕੀਤਾ ਸੀ ਉਹਨਾਂ 'ਤੇ ਮੇਰੇ ਵੱਲੋਂ 307 ਦਾ ਮੁਕੱਦਮਾ ਦਰਜ ਸੀ ਇਹ ਉਸ ਤੋਂ ਬਾਅਦ 3 ਮਹੀਨੇ ਹੋ ਗਏ ਜੀ ਘਰ ਛੱਡ ਕੇ ਆ ਗਿਆ ਸੀ ਫਿਰ ਸਾਨੂੰ ਪਤਾ ਨਹੀਂ ਜੀ ਕਿੱਥੇ ਸਾਨੂੰ ਕੱਲ੍ਹ ਪਤਾ ਲੱਗਾ ਨਿਊਜ਼ ਰਾਹੀਂ ਕਿ ਇਹਦਾ ਇਨਕਾਊਂਟਰ ਹੋ ਗਿਆ ਤੁਹਾਨੂੰ ਲੱਗਦਾ ਕਿ ਗੈਂਗਸਟਰ ਬਣਨ ਦੇ ਵਿੱਚ ਸਾਬਕਾ ਵਿਧਾਇਕ ਦਾ ਵੀ ਹੱਥ ਹਾਂਜੀ ਅੰਗਦ ਸਿੰਘ ਸੈਣੀ ਦਾ ਸਾਬਕਾ ਵਿਧਾਇਕ ਦਾ ਹੱਥ ਸੀ ਇਹ 'ਚ ਪੂਰਾ ਜੀ ਤਾਂ ਇਹਦੇ ਵਿੱਚ ਲਾਡੀ ਜਿੰਦਰ 5 ਸਾਲ ਹੋ ਗਏ ਸਰ ਲੜਾਈ ਹੋਈ ਸਰ ਉਹਨਾਂ ਦੇ ਕੋਲ ਨਜਾਇਜ਼ 4-5 ਅਸਲੇ ਅਸੀਂ ਪੁਲਿਸ ਨੂੰ 3-4 ਵਾਰ ਦੱਸਿਆ ਕਿ ਇਹਨਾਂ ਕੋਲ ਅਸਲਾ ਇਹਨਾਂ ਦੇ ਕਰੋ ਕੁਛ ਸਰ ਮੇਰੀ ਕੱਲ੍ਹ ਗਵਾਹੀ ਸੀਗੀ 4 ਦਿਨ ਪਹਿਲਾਂ ਮੈਨੂੰ ਇੱਕ ਇੰਟਰਨੈਸ਼ਨਲ ਕਾਲ ਆਈ ਕਹਿੰਦੇ ਅਸੀਂ ਤੈਨੂੰ ਮਾਰ ਦੇਣਾ ਜੇ ਤੂੰ ਗਵਾਹੀ ਦੇਣ ਗਿਆ ਮੈਂ ਸਰ ਕੱਲ੍ਹ ਗਵਾਹੀ ਦੇਣ ਵੀ ਨਹੀਂ ਗਿਆ ਮੇਰੀ ਜਾਨ ਨੂੰ ਸਰ ਖਤਰਾ ਆਇਆ ਉਹਨਾਂ ਨੇ ਮੈਨੂੰ ਮਾਰ ਦੇਣਾ ਆ ਤੁਸੀਂ ਇਸ ਚੀਜ਼ ਬਾਰੇ ਦੱਸਿਆ ਪੁਲਿਸ ਨੂੰ ਸਰ ਦੱਸਿਆ ਸੀ ਮੈਂ ਦਰਖਾਸਤ ਵੀ ਦਿੱਤੀ ਸੀ ਨੰਬਰ ਦਿੱਤਾ ਸਰ ਉਹਦੇ ਜਾ ਫਿਰ ਵੀ ਕੋਈ ਕਾਰਵਾਈ ਕੋਈ ਕਾਰਵਾਈ ਨਹੀਂ ਕੋਈ ਕਾਰਵਾਈ ਸਰ ਉਹਨਾਂ ਨੇ ਲਾਡੀ ਜਿਹੜਾ ਲਾਡੀ ਪਾਲਟਾ ਹਰਜਿੰਦਰ ਪਾਲਟਾ ਸਮਝੋ ਇਹਨਾਂ ਨੇ ਸਰ ਮੈਨੂੰ ਮਾਰ ਦੇਣਾ ਆ ਇਹਨਾਂ ਕੋਲ 2 ਨੰਬਰ ਦੇ ਅਸਲੇ ਆ ਮੇਰੀ ਜਾਨ ਨੂੰ ਖਤਰਾ ਹੈ ਮੇਰੇ ਪ੍ਰਸ਼ਾਸਨ ਤੋਂ ਇਹੀ ਆ ਕਿ ਮੇਰੀ ਜਾਨ ਦੀ ਉਹ ਕੀਤੀ ਜਾਵੇ ਜਿਹੜੀ ਗਲਤ ਕੰਮ ਕੀਤਾ ਉਹਨੇ ਜੋ ਉਹਨੇ ਗਲਤ ਕੀਤਾ ਸਰ ਉਹਨੂੰ ਸਜ਼ਾ ਮਿਲ ਗਈ ਆ ਪਰ ਉਹ ਇਹਨਾਂ ਬੰਦਿਆਂ ਦੇ ਕਰਕੇ ਇਸ ਚੀਜ਼ ਦਲਦਲ ਦੇ ਵਿੱਚ ਆਇਆ ਤੇ ਬਾਕੀ ਨੌਜਵਾਨਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਅਸੀਂ ਸਰ ਇਹੀ ਮੈਸੇਜ ਦੇਣਾ ਚਾਹਾਂਗੇ ਇਸ ਦਲਦਲ ਦੇ ਵਿੱਚ ਨਾ ਆਓ ਇਸ ਵਿੱਚ ਮੌਤ ਹੀ ਆ ਪਰ ਸਰ ਬੜਾ ਵਧੀਆ ਕੰਮ ਕਰਦਾ ਸੀ ਆਪਣਾ ਇਹ ਉਹਨੂੰ ਲਾਡੀ ਹੁਣੀ ਧਮਕਾਉਂਦੇ ਸੀ ਤੈਨੂੰ ਅਸੀਂ ਮਾਰ ਦੇਣਾ ਕਿ ਆਪਣੇ ਭਰਾ ਨੂੰ ਕਿ ਫੈਸਲਾ ਕੀ ਕੰਮ ਕਰਦੇ ਸੀ ਇਹ ਸਰ ਐਕਸਾਈਜ਼ ਵਾਲਿਆਂ ਨਾਲ ਲੱਗਿਆ ਸੀ ਡਰਾਈਵਰੀ ਹੁਸ਼ਿਆਰਪੁਰ ਡਿਊਟੀ ਕਰਦਾ ਸੀ ਉਮਰ ਕਿੰਨੀ ਸੀ ਇਹਦੀ ਸਰ 28 ਸਾਲ ਉਮਰ ਸੀ ਤੇ ਕਿੰਨੇ ਭਰਾ ਨੇ ਅਸੀਂ 3 ਭਰਾ ਹਾਂ ਤੇ ਇਹ ਬੜੇ ਸੀ ਛੋਟੇ ਨਹੀਂ ਛੋਟਾ ਜੀ ਤਾਂ ਕ੍ਰਿਕਟ ਦਾ ਬਹੁਤ ਵੱਡਾ ਖਿਡਾਰੀ ਸਰਟੀਫਿਕੇਟ 30-35 ਸਰਟੀਫਿਕੇਟ ਪਏ ਘਰ ਜਾ ਕੇ ਸਾਡੇ ਤੁਸੀਂ ਕਹਿੰਦੇ ਇੰਨੇ ਮੈਡਲ ਪਏ ਆ ਜੀ ਟਰੋਫੀਆਂ 25-30 ਟਰੋਫੀਆਂ ਕ੍ਰਿਕਟ ਦੀ ਇਹਦਾ ਗੈਂਗਸਟਰ ਬਣਨ ਦੇ ਵਿੱਚ ਹੱਥ ਸਾਬਕਾ ਵਿਧਾਇਕ ਅੰਗਦ ਸਿੰਘ ਸੈਣੀ ਤੇ ਜਿਹੜੇ ਲਾਡੀ ਭਾਟ ਆ ਹਰਜਿੰਦਰ ਭਾਟ ਆ ਤੇ ਸੰਜੂ ਇਹਨਾਂ 'ਤੇ ਸਰ ਕਾਰਵਾਈ ਹੋਣੀ ਚਾਹੀਦੀ ਹੈ ਮੇਰੀ ਕੱਲ੍ਹ ਤਰੀਕ ਸੀ ਤਾਂ ਮੈਂ ਕੱਲ੍ਹ ਦਰਦਾ ਤਰੀਕ 'ਤੇ ਵੀ ਨਹੀਂ ਆਇਆ ਮੈਂ ਮੈਡੀਕਲ ਲਾਭ ਲਗਵਾਇਆ ਕਿਸ ਪਾਰਟੀ ਨਾਲ ਸੰਬੰਧਿਤ ਨਜ਼ਰਿਆ ਮਿਲ ਸਰ ਕਾਂਗਰਸ ਨਾਲ ਸੰਬੰਧਿਤ ਆ ਜੀ ਉਦੋਂ ਵੀ ਨਾ ਸਰ ਸਾਡੇ ਦੇ ਝੂਠੇ ਪਰਚੇ 2-3 ਕਰਾਏ ਪਹਿਲਾਂ ਵੀ
ਹੁਣ ਵੀ ਮੈਨੂੰ ਧਮਕੀ ਦੇ ਕਹਿੰਦੇ ਤੈਨੂੰ ਅਸੀਂ ਮਾਰ ਦਾਂਗੇ ਜੇ ਤੂੰ ਗਵਾਹੀ ਦਿੱਤੀ ਤੁਹਾਡੇ ਅਸੀਂ ਸਰ ਮੰਗ ਕਰਦੇ ਉਹਨਾਂ 'ਤੇ ਕਾਰਵਾਈ ਕੀਤੀ ਜਾਵੇ ਉਹਨਾਂ ਦੀ ਵਜ੍ਹਾ ਕਰਕੇ ਸਾਡਾ ਮੁੰਡਾ ਇਹ ਦਬਦਬ ਦੇ ਵਿੱਚ ਆ ਕੇ ਆਇਆ ਕਿੱਥੋਂ ਦਾ ਐਮਐਲਏ ਜੀ ਉਹ ਨਵਾਂ ਸ਼ਹਿਰ ਦਾ ਸਾਬਕਾ ਐਮਐਲਏ ਮੇਰਾ ਸੁਣਾ ਹਿੰਮਤ ਕੁਮਾਰ ਠੀਕ ਸਰ ਪ੍ਰਸ਼ਾਸਨ ਤੋਂ ਇਹੀ ਅਪੀਲ ਆ ਕੇ ਉਹਨਾਂ 'ਤੇ ਕਾਰਵਾਈ ਕੀਤੀ ਜਾਵੇ ਜਿੱਦਾਂ ਉਹਨਾਂ ਨੇ ਸਾਨੂੰ ਮਾਰ ਦੇਣਾ ਨਹੀਂ ਤਾਂ ਉਹਨਾਂ ਨੇ ਸਾਨੂੰ ਮਾਰ ਦੇਣਾ ਜੀ ਸਰ ਹਿੰਮਤ ਕੁਮਾਰ ਨਾਮ ਆ ਮੇਰੇ ਵੱਲੋਂ ਵੀ ਲਾਡੀ ਹਰਚਿੰਦਰ ਸੰਜੂ 'ਤੇ 307 ਦਾ ਮੁਕੱਦਮਾ ਦਰਜ ਹੋਇਆ ਸੀ ਇਹਨਾਂ ਨੇ ਦੁਕਾਨ 'ਤੇ ਆ ਕੇ ਮੇਰੇ ਉੱਪਰ ਹਮਲਾ ਕੀਤਾ ਸੀ ਹੁਣੇ ਮੈਨੂੰ ਮਾਰਨ ਦੀਆਂ ਧਮਕੀਆਂ ਦਿੰਦੇ ਆ ਕਿ ਤੈਨੂੰ ਅਸੀਂ ਮਾਰ ਦੇਣਾ ਤੇਰੇ ਪਰਿਵਾਰ ਨੂੰ ਵੀ ਮਾਰ ਦੇਣਾ ਤੂੰ ਸਾਡੇ ਨਾਲ ਫੈਸਲਾ ਕਰ ਲੈ ਸਰ ਕੱਲ੍ਹ ਮੈਂ ਡਰਦਾ ਮੇਰੀ ਗਵਾਹੀ ਸੀ ਮੈਂ ਗਵਾਹੀ ਦੇਣ ਵੀ ਨਹੀਂ ਗਿਆ ਮੈਂ ਮੈਡੀਕਲ ਲਵਾਇਆ ਆਪਣਾ ਸਰ ਮੇਰੀ ਜਾਨ ਨੂੰ ਖਤਰਾ ਹੈ ਇਹਨਾਂ ਨੇ ਸਾਨੂੰ ਮਾਰ ਦੇਣਾ ਆ ਇੱਕ ਮੇਰਾ ਛੋਟਾ ਭਰਾ ਆ ਸਾਡਾ ਅਸੀਂ ਡਰਦੇ ਘਰੋਂ ਵੀ ਨਹੀਂ ਨਿਕਲਦੇ ਜੀ ਇਹਨਾਂ ਕੋਲ 2 ਨੰਬਰ ਦੇ ਹਥਿਆਰ ਆ ਜੀ ਹੈਰੋਇਨ ਦਾ ਕੰਮ ਕਰਦੇ ਆ ਅੰਗਦ ਸਾਬਕਾ ਐਮਐਲਏ ਅੰਗਦ ਸਿੰਘ ਇਹਨਾਂ ਦੀ ਸਪੋਰਟ ਕਰਦਾ ਪਿਆ ਜੀ ਪੂਰੀ ਤੁਹਾਡਾ ਕੀ ਲੱਗਦਾ ਸੀ ਜਿਹੜਾ ਗੈਂਗਸਟਰ ਮਾਰਿਆ ਗਿਆ ਮਣੀ ਵਿਜੇ ਸੋਤਾ ਮੇਰਾ ਭਰਾ ਸੀ ਛੋਟਾ ਭਰਾ ਸੀ ਜੀ ਕੀ ਹੁਣ ਗੈਂਗਸਟਰ ਬਣਾਉਣ ਦੇ ਵਿੱਚ ਕਿਹਦਾ ਜ਼ਿਆਦਾ ਰੋਲ ਉਹਦਾ ਸਾਰਾ ਹੱਥ ਜੀ ਲਾਡੀ ਹਰਜਿੰਦਰ ਸੰਜੂ ਉਹਨਾਂ ਦਾ ਹੱਥ ਵਾ ਗੈਂਗਸਟਰ ਬਣਾਉਣ ਦੇ ਵਿੱਚ ਉਹ ਇਹਨੂੰ ਮਾਰਨ ਦੀਆਂ ਧਮਕੀਆਂ ਦਿੰਦੇ ਸੀ ਕਿ ਤੈਨੂੰ ਅਸੀਂ ਮਾਰ ਦੇਣਾ ਆ ਉਹ 3 ਮਹੀਨੇ ਤੋਂ ਘਰੋਂ ਨਿਕਲ ਗਿਆ ਸੀਗਾ ਸਾਨੂੰ ਨਹੀਂ ਪਤਾ ਸਾਨੂੰ ਕੱਲ੍ਹ ਪਤਾ ਲੱਗਾ ਕਿ ਉਹਦਾ ਇਨਕਾਊਂਟਰ ਹੋ ਗਿਆ ਅਤੇ ਬਾਕੀ ਤੁਸੀਂ ਵਿਧਾਇਕ ਦੀ ਕੋਈ ਗੱਲ ਕੀਤੀ ਉਹਦਾ ਕੀ ਰੋਲ ਆ ਇਹਦੇ ਵਿੱਚ ਸਰ ਵਿਧਾਇਕ ਉਹਨਾਂ ਦੀ ਪੂਰੀ ਸਪੋਰਟ ਕਰਦਾ ਪਿਆ ਆ ਜਦੋਂ ਵੀ ਕੋਈ ਗੱਲ ਹੁੰਦੀ ਹੈ ਪੂਰੀ ਸਪੋਰਟ ਉਹਨਾਂ ਦੀ ਕਰਦਾ ਪਿਆ ਕਿ ਅਸੀਂ ਮੈਂ ਤੇਰੇ ਨਾਲ ਹਾਂ ਉਹਨਾਂ ਨੇ ਵਿਧਾਇਕ ਨੂੰ 2000 ਪਹਿਲੇ ਇਲੈਕਸ਼ਨ ਦੇ ਵਿੱਚ ਉਹਨੂੰ ਜਿਤਾਇਆ ਸੀਗਾ ਹੁਣ ਵੀ ਵਿਧਾਇਕ ਉਹਨਾਂ ਦੀ ਪੂਰੀ ਸਪੋਰਟ ਕਰਦਾ ਅੰਗਦ ਸਿੰਘ ਸੈਣੀ ਸਾਬਕਾ ਐਮਐਲਏ ਅੰਗਦ ਸਿੰਘ ਸੈਣੀ ਜੀ ਕਿਸ ਪਾਰਟੀ ਦੇ ਜੀ ਕਾਂਗਰਸ ਦਾ ਜੀ ਐਮਐਲਏ ਕਿੱਥੇ ਤੋਂ ਆਏ ਅਸੀਂ ਨਵਾਂਸ਼ਹਿਰ ਤੋਂ ਆਏ ਜੀ ਮਨੀ ਕੰਮ ਕੀ ਕਰਦਾ ਸੀ ਮਨੀ ਐਕਸਾਈਜ਼ ਵਾਲੇ ਨਾਲ ਕੰਮ ਕਰਦਾ ਸੀ ਜੀ ਹੁਸ਼ਿਆਰਪੁਰ ਡਰਾਈਵਰ ਸੀ ਜੀ ਗੱਡੀ ਚਲਾਉਂਦਾ ਗੱਡੀ ਚਲਾਉਂਦਾ ਸੀ ਹੁਣ ਕਿੰਨੀ ਦੇਰ ਤੋਂ ਬਾਅਦ ਦੇਖੇ 3 ਮਹੀਨੇ ਤੋਂ ਜੀ ਉਹ ਘਰ ਨਹੀਂ ਆਇਆ ਸੀਗਾ ਜੀ ਤੇ ਫਿਰ ਜਿਹੜਾ ਇਹ ਇਨਕਾਊਂਟਰ ਹੋਇਆ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਇਹ ਸਰ ਜੋ ਉਹਨੇ ਗਲਤ ਕੀਤਾ ਉਹਨੂੰ ਉਹਦੀ ਸਜ਼ਾ ਮਿਲ ਗਈ ਆ ਪਰ ਸਾਨੂੰ ਵੀ ਉਹ ਮਿਲਣਾ ਚਾਹੀਦਾ ਇਨਸਾਫ ਮਿਲਣਾ ਚਾਹੀਦਾ ਪਹਿਲਾਂ ਉਹਨਾਂ ਦੇ ਖਿਲਾਫ਼ ਮਾਮਲੇ ਦਰਜ ਨੇ ਕੋਈ